ਸਤਿ ਸ਼੍ਰੀ ਅਕਾਲ ਭਾਈ ਆਪਣੇ ਬਹੁਤ ਹੀ ਵਧੀਆ ਪਲੇਅਰ ਪੜ੍ਹਾਏ ਕਿੰਨੇ ਗਰਾਊਂਡ ਅੱਜ ਵਹਾ ਗਈ ਹੈ ਘੱਟ ਅਤੇ ਪਤੰਗਾਂ ਬੜੀਆਂ ਔਖੀਆਂ ਉੱਡਦੀਆਂ ਪਈਆਂ ਜੇ ਕੰਨੀਆਂ ਦਬਾ ਦਬਾ ਕੇ ਪਤੰਗਾਂ ਉੱਡਦੀਆਂ ਪਈਆਂ ਵੇਖੋ ਇਹ ਬੜਾ ਪੰਗਾ ਹੁੰਦਾ ਵਾ ਵਹਾ ਘੜੀ ਦਾ ਮੈਂ ਤਾਂ ਹੁਣ ਕਿ ਜਦੋਂ ਵਹਾ ਘੱਟਦੀ ਆ ਪਤੰਗਾਂ ਕਿੱਧਰੋਂ ਕਿੱਧਰ ਕਿੱਦਾਂ ਕਿੱਦਾਂ ਉੱਡਦੀਆਂ ਉੱਪਰ ਵੇਖੋ ਵਹਾ ਹੈਗੀ ਸਿੱਧੀ ਠੀਕ ਹੈ ਜੀ ਅਤੇ ਥੱਲਿਓਂ ਜਿਹੜੀ ਪਤੰਗ ਉੱਡਦੀ ਆ ਉਹ ਇੱਦਾਂ ਮਤਲਬ ਕਿ ਪੁੱਠੀ ਉੱਡਦੀ ਪਈ ਆ ਇੱਕ ਉਹ ਵੀਰ ਕੰਨੀ ਤੋਂ ਆ ਰਿਹਾ ਉੱਪਰ ਤੇ ਆ ਭੱਜਦੀ ਗਈ ਹੈ ਪਰ ਉੱਥੇ ਖੜੋ ਗਈ ਵੇਖੋ ਵਾਹ ਘੱਟ ਆ ਇੱਕ ਆ ਵੀਰ ਭਰਾ ਪਤੰਗ ਕੰਨੀ ਜਾ ਰਹੇ ਜਾ ਕੇ ਇੱਧਰੋਂ ਵੀ ਪਤੰਗਾਂ ਉੱਡਦੀਆਂ ਪਈਆਂ ਕੰਨੀ ਦਵਾ ਕੇ ਲੀਪੇ ਤੇ ਪਤੰਗ ਅੜ ਗਈ ਹੈ ਦਰਖਤ ਹੈ ਕੋਈ ਇਹ ਪੁੱਠੀ ਪਤੰਗ ਦੇ ਵਿੱਚ ਵਾ ਪਤੰਗ ਪਤੰਗ ਉੱਡਦੀ ਪਈ ਪੁੱਠੀ ਵਾਹ ਦੇ ਵਿੱਚ ਅਤੇ ਇੱਧਰ ਦੇ ਪਾਸੇ ਵਾਹ ਸਿੱਧੀ ਉੱਪਰ ਇਹ ਬਹੁਤ ਪੰਗਾ ਹੁੰਦਾ ਤਕੜਾ ਜਦੋਂ ਥੱਲੇ ਵਾਹ ਘੱਟ ਹੋਵੇ ਦੇਖ ਲਈ ਤੂੰ ਢਾਈ ਦੇਣੀ ਆ ਇੱਧਰ ਆਵਾਜ਼ ਆ ਗਈ ਮਾੜੀ ਜਿਹੀ ਹੈ ਉੱਡਦੀ ਪਈ ਆ ਜਦੋਂ ਵੀ ਵਾਹ ਨਹੀਂ ਜਦੋਂ ਵਾਹ ਬਿਲਕੁਲ ਬੰਦ ਹੋ ਜਾਂਦੀ ਆ ਉਦੋਂ ਇਹ ਬੰਦਾ ਪਤੰਗ ਢਾ ਦਿੰਦਾ ਜੀ ਸਤਿ ਸ਼੍ਰੀ ਅਕਾਲ ਭਾਈ ਠੀਕ ਠਾਕ ਜੇ ਭਾਈ ਉੱਡ ਜਾਂਦੀ ਉਹ ਨੌ ਤਾਂ ਹੈਗੀ ਆ ਸਤਿ ਸ਼੍ਰੀ ਅਕਾਲ ਭਾਈ ਵਾਹ ਘੱਟ ਆ ਉਹ ਮੈਂ ਫੋਨ ਲਿਆ ਦੰਦਾਂ ਨੂੰ ਕਿ ਮੇਰਾ ਘੱਟ ਵਾਹ ਦੇ ਵਿੱਚ ਘੱਟ ਵਾਹ ਦੇ ਵਿੱਚ ਜੇ ਕੋਈ ਸਾਡੇ ਗਰਾਊਂਡ 'ਚ ਪਤੰਗ ਢਾ ਸਕਦਾ ਤਾਂ ਆਹ ਬੰਦਾ ਸਾਹ ਵੇਖੋ ਤਾਂ ਵੀ ਐਨੂੰ ਅੱਗੇ ਪਿੱਛੇ ਜਾ ਕੇ ਪਤੰਗਾਂ ਉਡਾਉਂਦੇ ਪਏ ਆ ਜਿਸ ਤਰ੍ਹਾਂ ਸਾਰੀ ਗਰਾਊਂਡ ਘੱਟ ਵਾਹ ਦੇ ਵਿੱਚ ਜੇ ਕੋਈ ਅੱਗੇ ਜਾਊ ਕੋਈ ਪਿੱਛੇ ਜਾਊਗਾ ਇਹ ਬੰਦਾ ਖਲੋ ਕੇ ਪਤੰਗ ਢਾ ਸਕਦਾ ਜੀ ਇਹ ਪੁੱਤ ਅੱਜ ਪਾਵਾਂਗੇ ਕਾਹਦੇ ਕੰਨੀ ਲੱਗਦੀ ਹੈ ਪੇਚਾ ਇਹ ਬਹੁਤ ਲੰਮਾ ਅਤੇ ਆਹ ਵੇਖੋ ਤੁਸੀਂ ਪਤੰਗਾਂ ਲੱਗਦੀਆਂ ਪਈਆਂ ਅਤੇ ਇੱਧਰ ਵੀ ਜਦੋਂ ਪੂਰੀ ਹੋ ਰਹੀ ਹੈ ਜੇ ਵੇਖੋ ਤੁਸੀਂ ਪਤੰਗਾਂ ਦੇ ਕਿ ਉੱਡ ਜਾਣ ਕਿਹੜੇ ਮੇਰੇ ਪਰ ਹਾਲੇ ਨਹੀਂ ਉੱਡਦੀਆਂ ਪਈਆਂ ਜੇ ਆਪਣੇ ਭਲਾਈ ਕਹਿੰਦੇ ਗਰਾਊਂਡ ਦੇ ਸੀਨੀਅਰ ਮੀਤ ਪ੍ਰਧਾਨ ਨਵਦੀਪ ਭਾਈ ਜਦੋਂ ਜਦ ਪੂਰੀ ਕਰ ਰਹੇ ਵੇਖੋ ਚਰਖੀ ਥੱਲੇ ਪਈ ਆ ਮੈਨੂੰ ਦੱਸੋ ਭਾਈ ਚਰਖੀ ਥੱਲੇ ਪਈ ਆ ਅਤੇ ਪਤੰਗ ਢਾ ਕੇ ਛੱਡਣਗੇ ਨਵਦੀਪ ਭਾਈ ਪਤੰਗ ਖਿੱਚ ਰਹੇ ਨੇ ਪਿੰਕ ਕਲਰ ਦੀ ਕਿਆ ਬਾਤ ਹੈ ਇੰਨੀ ਤੇਜ਼ ਉੱਪਰ ਅੱਗੇ ਉਹਨੇ ਚੇਜ਼ ਥੱਲੇ ਆ ਗਈ ਹੈ ਇੱਧਰ ਉਹ ਕਿੰਨੀ ਜਦੋਂ ਦੈਦ ਹੋ ਰਹੀ ਆ ਪਰ ਪਤੰਗ ਹੀ ਬਹੁਤ ਤਕੜੀ ਉੱਡਣੀ ਨਹੀਂ ਆ ਜਦੋਂ ਜਦ ਪੂਰੀ ਹੋ ਰਹੀ ਆ ਪੂਰੀ ਜਦੋਜਹਿਦ ਕੀਤੀ ਪਰ ਪਤੰਗ ਨਹੀਂ ਉੱਡ ਪਾਈ ਸੋ ਆ ਗਏ ਵਾਪਸ
ਲੋਈ ਭਾਈ ਨੇ ਕੱਢੀ ਆ ਪਾਕਿਸਤਾਨੀ ਪਤੰਗ ਇਹ ਪਾਕਿਸਤਾਨੀ ਹੈ ਉਹ ਜੀ ਅੰਗਾ ਚ ਫੜ ਕੇ ਵਿਖਾ ਦਿੰਦਾ ਹਾਂਜੀ ਕਿਆ ਬਾਤ ਹੈ ਦੇਖੋ ਜੀ ਪਤੰਗ ਪ੍ਰੋਪਰ ਪਾਕਿਸਤਾਨੀ ਪਤੰਗ ਪਾਕਿਸਤਾਨ ਮੰਗਾਈਆਂ ਭਾਈ ਨੇ ਬਹੁਤ ਵਧੀਆ ਪਤੰਗ ਪੂਰੀ ਜਦੋ ਜਾਇਦ ਹੋ ਰਹੀ ਹੈ ਪਤੰਗਾਂ ਦੇ ਨਾਲ ਪਰ ਪਤੰਗਾਂ ਉੱਡਦੀਆਂ ਨਹੀਂ ਪਈਆਂ ਆਹ ਵੇਖੋ ਦੋ ਤਿੰਨ ਪਤੰਗਾਂ ਉੱਡਦੀਆਂ ਪਈਆਂ ਜਦੋ ਜਾਇਦ ਨਾ ਵੀਰ ਹੋਣੀ ਥੱਕੇ ਆ ਬਿਲਕੁਲ ਪਰ ਪਤੰਗ ਉੱਡੀ ਨਹੀਂ ਭਾਈ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਚਲੋ ਹਵਾ ਬੰਦ ਹੋ ਜਾਂਦੀ ਹੈ ਕੀ ਕਹਿਣਾ ਚਾਹੁੰਦੇ ਆਉਂਦੇ ਆ ਛੁੱਟੀ ਵਾਲੇ ਦਿਨ ਹਵਾ ਹੀ ਖਤਮ ਹੋ ਗਈ ਅੱਜ ਛੁੱਟੀ ਸੀ ਤੇ ਭਾਈ ਦੀ ਹਵਾ ਬੰਦ ਹੋ ਗਈ ਅੱਜ ਵੀਰਵਾਰ ਹੈ ਅੱਜ ਮੰਗਲਵਾਰ ਇਹ ਭਾਈ ਹੋਣਾ ਚਿਕਨ ਦਾ ਕੰਮ ਆ ਇਹ ਮੰਗਲਵਾਰ ਤੇ ਵੀਰਵਾਰ ਆਪ ਵੀ ਨਹੀਂ ਖਾਂਦੇ ਲੋਕਾਂ ਨੂੰ ਵੀ ਨਹੀਂ ਖਵਾਉਂਦੇ ਨਹੀਂ ਲੋਕਾਂ ਨੂੰ ਖਵਾਈਦਾ ਲੋਕਾਂ ਨੂੰ ਖਵਾਈਦਾ ਫਿਰ ਠੀਕ ਆ ਆਹ ਕਦੀ ਕਦੀ ਮੂਡ ਹੋਵੇ ਤਾਂ ਖਾ ਲਈਦਾ ਅੱਛਾ ਕਦੀ ਕਦੀ ਹੁਣ ਬਹੁਤ ਘੱਟ ਗਿਆ ਅੱਗੇ ਨਾਲ ਕਟਕ ਕਟਾਤਾ ਲੋ ਜੀ ਇੱਕ ਵਾਰੀ ਫਿਰ ਹਮਲਾ ਮਾਰਨ ਚੱਲੇ ਭਾਈ ਕੰਨੀ ਖਾਂਦੀ ਸੀ ਲਾਲੀ ਤੇ ਹੁਣ ਫਿਰ ਢੋਣ ਗਏ ਕਰੀ ਲਓ ਜੀ ਕਰਾਊਡ ਵੇਖੋ ਤੁਸੀਂ ਭਲਾਈ ਕਹਿੰਦੇ ਗਰਾਊਂਡ ਦਾ ਲੰਮੇ ਭੈਣ ਜੀ ਥੋੜੀ ਅੱਗੇ ਹੋ ਜਾਓ ਲੰਮੇ ਲੰਮਾ ਮੁੰਡਾ ਥੱਲੇ ਗੰਢ ਲਾ ਦਿਓ ਇੱਕ ਲਾ ਦੇ ਇੱਕ ਆਪਾਂ ਦੋ ਚਾਰ ਗੱਲਾਂ ਲੰਬੇ ਨਾ ਕਰਕੇ ਆਈਏ ਅੱਜ ਥੋੜ੍ਹਾ ਜਿਹਾ ਘਾਟਾ ਲੱਗਣ ਦਿਆ ਕਿ ਮਤਲਬ ਕਿ ਜਿਸ ਤਰ੍ਹਾਂ ਗੁੱਡੀ ਗੱਡੀ ਨਹੀਂ ਆਉਂਦੇ ਮਗਰੋਂ ਕੋਈ ਹੈਨਾ ਅਤੇ ਤੁਹਾਨੂੰ ਥੋੜ੍ਹੀ ਪਰੇਸ਼ਾਨੀ ਤਾਂ ਹੁੰਦੀ ਹੋਊਗੀ ਗੁੱਡੀਆਂ ਨਹੀਂ ਹੁੰਦੀਆਂ ਪਈਆਂ ਅੱਜ ਮੈਨੂੰ ਕੀ ਪਤਾ ਮੈਂ ਲੰਬੇ ਬਾਅਦ ਗੁੱਡੀ ਵੇਖ ਕੇ ਤੂੰ ਪਾਗਲ ਹੋ ਜਾਂਦਾ ਵਾ